ਹਰ ਵਾਰੀ ਮੇਰਾ ਪਲਾਨ ਜਿਹੜਾ ਹੁੰਦਾ ਉਹ ਫਲੋਪ ਹੁੰਦਾ। ਹਰ ਵਾਰੀ ਮੇਰਾ ਸਰਪ੍ਰਾਈਜ਼ ਇਹੀ ਹੁੰਦਾ ਕਿ ਮੇਰਾ ਸਰਪ੍ਰਾਈਜ਼ ਜਿਹੜਾ ਫਲੋਪ ਹੋਣਾ ਹੁੰਦਾ ਆ। ਕੇਕ ਦੇ ਵਿੱਚ ਕਰਕੇ ਜਾਂ ਕਿਸੇ ਤਰੀਕੇ ਨਾਲ ਮੈਂ ਸਰਪ੍ਰਾਈਜ਼ ਦਊਂਗੀ, ਬਟ ਉਹ ਵੀ ਮੇਰਾ ਫਲੋਪ ਹੋ ਗਿਆ। ਐਪਲ ਸਟੋਰ ਤੋਂ ਉਹ ਪਿਕਅਪ ਕਰਨਾ ਹੁੰਦਾ ਆ ਤੇ ਹੈ ਕੀ ਕੀਤਾ ਹੁਣ ਤੁਹਾਡੇ ਕੋਲ ਆਰਗੇਨਾਈਜੇਸ਼ਨ ਨਹੀਂ ਹੈਗੀ ਇਦੋਂ ਦੀ। ਆਰਗੇਨਾਈਜੇਸ਼ਨ ਕੀ, ਮੇਰੀ ਟੀਮ ਹੀ ਮਾੜੀ ਆ, ਹਰ ਵਾਰੀ ਮੇਰੀ ਟੀਮ ਧੋਖਾ ਦੇ ਦਿੰਦੀ ਆ। ਮੈਂ ਆਰ ਯੂ ਸੀਰੀਅਸ? ਨਹੀਂ ਨਹੀਂ, ਸੋਹਣੀ ਆ ਡੈਕੋਰੇਸ਼ਨ, ਕ੍ਰਿਸਮਸ ਡੈਕੋਰੇਸ਼ਨ ਕੀਤੀ ਹੋਈ ਆ ਸਾਰੀ। ਯਾ ਹਾਂਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਅਵਰ ਚੈਨਲ। ਮੈਨੂੰ ਲੱਗਦਾ ਕਿ ਸਨੋਅ ਵਾਲਾ ਵਲੋਗ ਸਾਰਿਆਂ ਨੇ ਦੇਖ ਲਿਆ ਹੋਣਾ, ਜੇ ਨਹੀਂ ਦੇਖਿਆ ਤੁਸੀਂ ਲੇਟੈਸਟ ਵਲੋਗ 'ਚ ਜਾ ਕੇ ਦੇਖ ਸਕਦੇ ਹੋ। ਅਤੇ ਮੇਰਾ ਜਿਹੜਾ ਹੁਣ ਮੈਂ ਪਤਾ ਨਹੀਂ ਮੈਂ ਕਿੱਦਾਂ ਸ਼ੇਅਰ ਕਰਾਂ, ਮੈਂ ਮਤਲਬ 4 ਸਾਲ ਹੋ ਗਏ, 5 ਸਾਲ ਹੋ ਗਏ ਸਾਨੂੰ ਪਲਾਨ ਕਰਦਿਆਂ ਨੂੰ ਬਰਥਡੇ, ਅਤੇ ਹਰ ਵਾਰੀ ਮੇਰਾ ਪਲਾਨ ਜਿਹੜਾ ਹੁੰਦਾ ਉਹ ਫਲੋਪ ਹੁੰਦਾ। ਹਰ ਵਾਰੀ ਮੇਰਾ ਸਰਪ੍ਰਾਈਜ਼ ਇਹੀ ਹੁੰਦਾ ਕਿ ਮੇਰਾ ਸਰਪ੍ਰਾਈਜ਼ ਜਿਹੜਾ ਫਲੋਪ ਹੋਣਾ ਹੁੰਦਾ ਆ। ਅਤੇ ਮੈਂ ਕਾਫੀ ਦਿਨ ਤੋਂ ਟਰਾਈ ਕਰਦੀ ਹੁੰਦੀ ਹਾਂ, ਕਾਫੀ ਦਿਨ ਤੋਂ ਪਲਾਨ ਕਰਦੀ ਹੁੰਦੀ ਹਾਂ, ਬਟ ਐਂਡ 'ਤੇ ਆ ਕੇ ਉਹ ਪਲਾਨ ਜਿਹੜਾ ਆ ਫਲੋਪ ਹੋ ਜਾਂਦਾ ਆ। ਫਸਟ ਸਾਡੇ ਵਿਆਹ ਤੋਂ ਬਾਅਦ ਪਹਿਲਾਂ ਜਿਹੜਾ ਸੀ ਉਹ ਵੀ ਫਲੋਪ ਹੋਇਆ ਸੀ, ਦੂਜਾ ਸੀ ਬਰਥਡੇ ਅਤੇ ਥੋੜ੍ਹਾ ਜਿਹਾ ਠੀਕ ਹੋਇਆ ਸੀ, ਅਤੇ ਥੋੜ੍ਹਾ ਜਿਹਾ ਸਰਪ੍ਰਾਈਜ਼ ਉਹਦਾ ਵੀ ਫਲੋਪ ਹੋਇਆ ਸੀ, ਅਤੇ ਹੁਣ ਐਤਕੀ ਵੀ ਜਿਹੜਾ ਆ ਸਰਪ੍ਰਾਈਜ਼ ਫਲੋਪ ਹੋ ਚੁੱਕਿਆ ਆ। ਮੈਂ ਸੋਚਿਆ ਸੀ ਕਿ ਹਰ ਵਾਰੀ ਉਹਨਾਂ ਨੂੰ ਬਹੁਤ ਸ਼ੌਂਕ ਹੈ ਕਿ ਹਰ ਵਾਰੀ ਫੋਨ ਚੇਂਜ ਕਰਦੇ ਹੁੰਦੇ ਆ, ਲੇਟੈਸਟ ਆਈਫੋਨ ਲੈਂਦੇ ਹੁੰਦੇ ਆ ਅਤੇ ਲੇਟੈਸਟ ਸੀਰੀਜ਼ ਮਤਲਬ ਐਪਲ ਦੀ ਚੇਂਜ ਕਰਦੇ ਹੁੰਦੇ ਆ, ਭਾਵੇਂ ਉਹ ਏਅਰਪੋਡਸ ਹੋਣ, ਭਾਵੇਂ ਉਹ ਵਾਚ ਹੋਵੇ, ਭਾਵੇਂ ਫੋਨ ਹੋ। ਫੋਨ ਐਤਕੀ ਨਹੀਂ ਲਿਆ, ਲਾਸਟ ਈਅਰ ਮੈਂ ਫੋਨ ਤੁਸੀਂ ਦੇਖਿਆ ਹੋਣਾ ਕਿ ਕੀਤਾ ਸੀ ਆਪਾਂ। ਅਤੇ ਐਤਕੀ ਮੈਂ ਸੋਚਿਆ ਸੀ, ਕਾਫੀ ਦਿਨ ਹੋ ਗਏ ਸੀ ਮੈਨੂੰ ਪਲਾਨ ਕਰਦੇ ਨੂੰ, ਕਿ ਮੈਂ ਐਪਲ ਵਾਚ ਜਿਹੜੀ ਆ ਉਹ ਮੈਂ ਸਰਪ੍ਰਾਈਜ਼ ਦਊਂਗੀ, ਮਤਲਬ ਕੇਕ ਦੇ ਵਿੱਚ ਕਰਕੇ ਜਾਂ ਕਿਸੇ ਤਰੀਕੇ ਨਾਲ ਮੈਂ ਸਰਪ੍ਰਾਈਜ਼ ਦਊਂਗੀ, ਬਟ ਉਹ ਵੀ ਮੇਰਾ ਫਲੋਪ ਹੋ ਗਿਆ। ਉਹ ਕਿੱਦਾਂ ਕਿ ਇੱਕ ਤਾਂ ਪਲਾਨ ਡਿਲੇ ਹੋ ਗਿਆ, ਅਤੇ ਮੁੜ ਆਪੇ ਹੀ ਮੈਂ ਕਿਹਾ ਕਿ ਐਤਕੀ ਆਪਾਂ ਫੋਨ ਨਹੀਂ ਲੈਂਦੇ ਹੈਗੇ, ਐਤਕੀ ਆਪਾਂ ਵਾਚ ਲੈਂਦੇ ਹਾਂ। ਵਾਚ ਚੇਂਜ ਕਰਨੀ, ਉਹ ਟੁੱਟ ਗਈ ਸੀ ਵਾਚ, ਐਪਲ ਵਾਚ ਜਿਹੜੀ ਆ ਪੁਰਾਣੀ, ਅਤੇ ਉਹ ਕਾਫੀ ਟਾਈਮ ਤੋਂ ਲਈ ਨਹੀਂ ਸੀ, ਅਤੇ ਕਹਿੰਦੇ ਸੀ ਕਿ ਐਤਕੀ ਆਪਾਂ ਵਾਚ ਲੈਣੀ ਆ। ਮੈਂ ਤੁਰਿਆ ਨਹੀਂ ਗਿਆ, ਮੇਰਾ ਹਾਸਾ ਨਿਕਲ ਗਿਆ, ਅਤੇ ਮੈਂ ਦੱਸਤਾ ਕਿ ਇੱਦਾਂ ਇੱਦਾਂ ਪਲਾਨ ਕਰਨਾ ਹੈ। ਅਤੇ ਮੈਨੂੰ ਇੱਕ ਕਨਫਿਊਜ਼ਨ ਸੀ ਕਿ ਆਪਾਂ ਇਨ ਸਟੋਰ ਜਾ ਕੇ ਬਾਏ ਕਰ ਸਕਦੇ ਹਾਂ, ਬਟ ਇੱਥੇ ਕੀ ਸੀ ਆਪਾਂ ਪਹਿਲਾਂ ਹੀ ਕਸਟਮਾਈਜ਼ ਕਰਾਉਣੀ ਹੁੰਦੀ ਹੈ ਵਾਚ ਆਪਣੀ, ਔਰਡਰ ਕਰਨੀ ਹੁੰਦੀ ਹੈ, ਅਤੇ ਫਿਰ ਆਪਾਂ ਜਾ ਕੇ ਐਪਲ ਸਟੋਰ ਤੋਂ ਉਹ ਪਿਕਅਪ ਕਰਨਾ ਹੁੰਦਾ ਆ। ਅਤੇ ਮੈਨੂੰ ਇਹ ਚੀਜ਼ ਪਤਾ ਨਹੀਂ ਸੀ, ਮੈਂ ਕਾਫੀ ਦਿਨ ਤੋਂ ਪਲਾਨ ਕਰ ਰਹੀ ਸੀ ਕਿ ਸਟੋਰ 'ਤੇ ਜਾ ਕੇ ਹੀ ਆਪਾਂ ਬਾਏ ਕਰਾਂਗੇ ਜਿੱਦਾਂ ਇੰਡੀਆ ਹੁੰਦਾ ਆ, ਬਟ ਉਹ ਵੀ ਪਲਾਨ ਬਣਿਆ ਨਹੀਂ ਹਜੇ ਤੱਕ। ਅਤੇ ਅੱਜ ਫਾਈਨਲ ਪਲਾਨ ਸੀ ਕਿ ਅੱਜ ਮੈਂ ਜਾਣਾ ਸੀ, ਬਟ ਜਿੱਦਾਂ ਕਿ ਫਲੋਪ ਹੋ ਗਿਆ ਤਕੜਾ। ਸੋ ਫਾਈਨਲੀ ਆਪਾਂ ਜਾ ਰਹੇ ਹਾਂ ਅੱਜ ਇੰਦਰ ਦਾ ਬਰਥਡੇ ਲੈ, ਗਿਫਟ ਲੈਣ, ਅਤੇ ਕਸਟਮਾਈਜ਼ ਕਰਦੇ ਹਾਂ, ਉਹ ਮੈਂ ਕਰ ਰਹੀ ਹਾਂ ਕਸਟਮਾਈਜ਼, ਦੇਖਦੇ ਹਾਂ ਸਾਰਾ ਵਲੋਗ। ਜਾਣਾ ਤਾਂ ਆਪਾਂ ਐਪਲ ਵਾਚ ਲੈਣ ਹੀ ਹੈਗਾ, ਬਟ ਮੇਰੇ ਦਿਮਾਗ ਦੇ ਵਿੱਚ ਪਲਾਨ ਹੈ ਕਿ ਮੈਂ ਖਾਲੀ ਤਾਂ ਨਹੀਂ ਮੁੜ ਕੇ ਆ ਸਕਦੀ ਉੱਥੇ, ਅਤੇ ਸ਼ੋਪਿੰਗ ਕਰਾਂਗੇ ਮੇਨ। ਅੱਜ ਦੇਖਦੇ ਹਾਂ ਕੀ ਕੀ ਸ਼ੋਪਿੰਗ, ਆਪਾਂ ਦਿਮਾਗ ਦੇ ਵਿੱਚ ਤਾਂ ਕਾਫੀ ਕੁਛ ਹੈਗਾ, ਬਟ ਦੇਖਦੇ ਹਾਂ ਕੀ ਕੁਛ ਲੈ ਕੇ ਆਉਂਦੇ ਹਾਂ ਆਪਾਂ। ਕਰਤਾ ਫਲੋਪ ਫਿਰ? ਮੈਂ ਕੀ ਕੀਤਾ ਹੁਣ ਤੁਹਾਡੇ ਕੋਲ ਆਰਗੇਨਾਈਜੇਸ਼ਨ ਨਹੀਂ ਹੈਗੀ ਇਦੋਂ ਦੀ। ਆਰਗੇਨਾਈਜੇਸ਼ਨ ਕੀ, ਮੇਰੀ ਟੀਮ ਹੀ ਮਾੜੀ ਆ, ਹਰ ਵਾਰੀ ਮੇਰੀ ਟੀਮ ਧੋਖਾ ਦੇ ਦਿੰਦੀ ਆ, ਮੈਂ ਤਾਂ ਪੂਰੀ ਤਿਆਰੀ ਕੀਤੀ ਹੁੰਦੀ ਆ। ਸਭ ਬਿਜ਼ੀ ਹੁੰਦੇ ਆ। ਨਹੀਂ ਚਲੋ ਵਧੀਆ ਹੋ ਗਿਆ, ਮੈਨੂੰ ਇਹ ਸੀ ਮੈਂ ਕਿਹਾ ਵੀ ਆਹ ਕਿਤੇ ਬਲੈਕ ਨਹੀਂ ਲੈ ਲਈ ਤੂੰ। ਆਹੋ ਮੈਨੂੰ ਇਹੀ ਸੀ ਨਾ ਵੀ ਕਿਹੜੀ ਤੁਹਾਨੂੰ ਪਸੰਦ ਆਊਗੀ, ਥੋੜਾ ਥੋੜਾ ਅੰਦਾਜ਼ਾ ਬੰਦੇ ਨੂੰ ਹੁੰਦਾ ਹੀ ਆ, ਬਟ ਮੈਂ ਅੰਦਾਜ਼ਾ ਤਾਂ ਲੈ ਹੀ ਲਿਆ ਸੀ, ਮੈਂ ਆਪਣੇ ਵੱਲੋਂ ਤਾਂ ਸਕੀਮ ਪੂਰੀ ਲਾਈ ਸੀ, ਤੁਹਾਨੂੰ ਪੁੱਛਿਆ ਸੀ ਕਿਹੜਾ ਕਲਰ ਲੈਣਾ, ਕਿਹੜੀ ਸੀਰੀਜ਼ ਲੈਣੀ ਹੈ, ਕੀ ਕੀ ਲੈਣਾ। ਉਹ ਰਿਸਰਚ ਨਹੀਂ ਕੀਤੀ ਸੀ ਨਾ ਉਹਦੇ ਬਾਰੇ ਇੰਨੀ, ਉਹ ਰਿਸਰਚ ਤਾਂ ਉਸ ਤੋਂ ਬਾਅਦ ਚ ਕੀਤੀ ਆ। ਹਾਂ, ਉਸ ਤੋਂ ਬਾਅਦ ਰਿਸਰਚ ਕਰਕੇ ਸਾਰਾ ਕੁਝ ਪਤਾ ਲੱਗ ਗਿਆ, ਡਿਟੇਲਸ ਵਗੈਰਾ। ਐਕਸਾਈਟਡ ਐਤਕੀ ਫੋਨ ਨਹੀਂ ਲਿਆ, ਫਿਰ ਐਤਕੀ ਵਾਚ ਲੈ ਲਈ ਹੈ।
ਸਾਈਕਲ ਲੈਟਰ ਤੇ ਬਾਹਰਲਾ ਮਾਹੌਲ ਤੁਹਾਨੂੰ ਦਿਖਾਣੇ ਕੀ ਬਣੀ ਹੂੰ ਕਹਿੰਦੇ ਚਿੱਟਮ ਚਿੱਟਾ ਹੋਇਆ ਪਿਆ ਆ ਉਦਾਂ ਕਹਿੰਦੇ ਆ ਵੀ ਕੈਨੇਡਾ ਵਨ ਆਫ ਦੀ ਮੋਸਟ ਬਿਊਟੀਫੁਲ ਦੇਸ਼ਾਂ ਚੋਂ ਆਉਂਦਾ ਆ ਤੇ ਆ ਆ ਸੋਹਣਾ ਉਹਦਾ ਸੋਹਣਾ ਲੱਗਦਾ ਚਿੱਟਾ ਚਿੱਟਾ ਵੀ ਨਹੀਂ ਇਹ ਤਾਂ ਹੁਣ ਕੁਦਰਤ ਵੱਲੋਂ ਤਾਂ ਬਹੁਤ ਸੋਹਣਾ ਕੀਤਾ ਇਹਨੂੰ ਬਣਾ ਤਾ ਚਿੱਟਾ ਹੁਣ ਆ ਗੱਡੀਆਂ ਤਾਂ ਬੰਦੇ ਨੇ ਬਣਾਈਆਂ ਜਿਹੜੀ ਚਲਾਉਣ ਡਏ ਆ ਸਾਰੇ ਜਣੇ ਤਾਂ ਖਰਾਬ ਕਰਨ ਦੇ ਸੜਕਾਂ ਨੂੰ ਤਾਂ ਕਰਕੇ ਸਾਰਾ ਕਾਲਾ ਕਾਲਾ ਗੋਹਾ ਗੋਹਾ ਜਿਹਾ ਹੋ ਗਿਆ ਤੇ ਬਾਅਦ ਚ ਆਪਾਂ ਯੂਜ ਕਰੀ ਜਾਣਾ ਇਹਨੂੰ ਤੇ ਉਹ ਖਰਾਬ ਹੋ ਜਾਣਾ ਜਾਂ ਤਾਂ ਸਿਰਫ ਇਹ ਸਨੋ ਪਈ ਰਹਿਣ ਦੇ ਕਰਕੇ ਬੰਦਾ ਬਾਹਰ ਜਾ ਨਿਕਲੇ ਕਰੋ ਬੰਦਾ ਬਾਹਰ ਜਾ ਨਿਕਲੇ ਕਰੋ ਪਾਗਲ ਹੀ ਹੈ ਦੇਖਦੇ ਰਸ਼ ਬਹੁਤ ਲੱਗਾ ਹੋਣਾ ਸੱਚੀ ਰਸ਼ ਬਹੁਤ ਹੋਣਾ ਮੈਂ ਕਾਲ ਕੀਤੀ ਸੀ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਤੈਨੂੰ ਸਕੁਈਜ਼ ਇਨ ਕਰਨਾ ਆਲਰੇਡੀ ਮੈਂ ਅਪਾਇੰਟਮੈਂਟ ਲਈ ਹੋਈ ਹੈ ਫਿਰ ਵੀ ਕਹਿੰਦੇ ਤੈਨੂੰ ਸਕੁਈਜ਼ ਇਨ ਕਰਨਾ ਆ ਹਾਂ ਇਹ ਪਤਾ ਨਹੀਂ ਕੀ ਚੱਕਰ ਹੁੰਦਾ ਡਾਕਟਰ ਕੋਲ ਜਾਓ ਅਪਾਇੰਟਮੈਂਟ ਲਓ ਟਾਈਮ ਉਹ ਹੁੰਦਾ ਤਾਂ 2 ਘੰਟੇ ਬਾਅਦ ਵਾਰੀ ਆਉਂਦੀ ਆ ਸਕੁਈਜ਼ ਇਨ ਕਰਕੇ ਉਹ ਵੀ ਇੱਦਾਂ ਹੁੰਦਾ ਹੁਣ ਇੱਥੇ ਜਿੱਦਾਂ ਸਪਲਾਈ ਇਸ ਚੀਜ਼ ਦੀ ਘੱਟ ਹੈ ਕਈਆਂ ਚੀਜ਼ਾਂ ਦੀ ਜਿੱਦਾਂ ਹੁਣ ਡਾਕਟਰਾਂ ਦੀ ਸਪਲਾਈ ਘੱਟ ਆ ਡਿਮਾਂਡ ਜ਼ਿਆਦਾ ਆ ਹੁਣ ਵੀ ਘੜੀਆਂ ਦੀ ਡਿਮਾਂਡ ਜ਼ਿਆਦਾ ਆ ਸਪਲਾਈ ਉਹਨਾਂ ਕੋ ਘੱਟ ਆ ਉਹਨਾਂ ਨੂੰ ਇਹਨਾਂ ਪਤਾ ਹੀ ਚੋਬਰ ਦਾ ਬਰਥਡੇ ਆ ਇਹਨਾਂ ਨੇ ਤਾਂ ਲੋਕੀ ਫੇ ਇਦਾਂ ਚੀਜ਼ ਲੈ ਲਈ ਫੇ ਤੁਸੀਂ ਮੈਨੂੰ ਸਪੋਰਾ ਗਿਫਟ ਵੀ ਦੇ ਕੇ ਤੇ ਵੀ ਸਪੋਰਾ ਗਿਫਟ ਮੇਰਾ ਆਪ ਲਈ ਜਾਂਦੀ ਤੇ ਵੀ ਲੈਣਾ ਹੀ ਆ ਰਜਿਸਟਰ ਕੀਤਾ ਹੋਇਆ ਤੇ ਇਦਾਂ ਫਾਇਦਾ ਚੱਕੀਦਾ ਹੁੰਦਾ ਹੈ ਉਹ ਮੈਂ ਨਹੀਂ ਕੀਤਾ ਸੀ ਰਜਿਸਟਰ ਉਹ ਤੁਹਾਡਾ ਪਰਫਿਊਮ ਲੈਣ ਮੈਨੂੰ ਲੱਗਦਾ ਗਏ ਸੀ ਤੇ ਉਹਨੇ ਆਪ ਹੀ ਸਲਾਹ ਪੰਜਾਬਣ ਕੁੜੀ ਸੀ ਮਤਲਬ ਇੰਡੀਅਨ ਕੁੜੀ ਸੀ ਵਧੀਆ ਸਲਾਹ ਦਿੱਤੀ ਉਹਨੇ ਕਹਿੰਦੀ ਵੀ ਤੁਸੀਂ ਇਹਨਾਂ ਦਾ ਬਰਥਡੇ ਵੀ ਰਜਿਸਟਰ ਕਰੋ ਤੁਸੀਂ ਫ੍ਰੀ ਗਿਫਟ ਲਿਆ ਕਰੋ ਤੇ ਭੁੱਖ ਪਾਈ ਨਾਲ ਹੀ ਤੇ ਭੁੱਖ ਓਬਵੀਅਸਲੀ ਕੌਣ ਨਾ ਪਾਵੇ ਕਹਿੰਦਾ ਖੂਬਸੂਰਤੀ ਕੈਪਚਰ ਕਰ ਲਈ ਹੈ ਬੂਟਿਆਂ ਤੁਸੀਂ ਸਨੋਹ ਦੇਖ ਸਕਦੇ ਆ ਸਨੋਹ ਹੀ ਸਨੋਹ ਚੱਲਣ ਡਈ ਆ 2-3 ਦਿਨ ਹੋ ਗਏ ਆਪਣੇ ਸੋਹਣੀ ਲੱਗਦੀ ਆ ਇੱਦਾਂ ਹਜੇ ਥੋੜੇ ਦਿਨ ਸੋਹਣੀ ਲੱਗਣੀ ਆ ਤੇ ਬਾਅਦ ਹੌਲੀ ਕਾਲੀ ਕਾਲੀ ਹੋਣੀ ਹੈ ਹੌਲੀ ਹੌਲੀ ਕਾਲੀ ਕਾਲੀ ਵੀ ਹੋ ਜਾਣੀ ਆ ਤੇ ਹੌਲੀ ਹੌਲੀ ਹੋਣਾ ਹਾਏ ਹਾਏ ਇਹ ਖਤਮ ਹੀ ਨਹੀਂ ਹੁੰਦੀ ਕਿੰਨਾ ਚਿਰ ਏਦਾਂ ਪੈਂਦਾ ਟ੍ਰੈਫਿਕ ਯਾਰ ਕਿੰਨਾ ਸੱਚੀ ਹੋਣ ਲੱਗ ਗਿਆ ਹਨਾ ਪਿਛਲੇ ਸਾਲ ਨਾਲ ਵੀ ਬਹੁਤ ਜ਼ਿਆਦਾ ਲੋਕ ਰਸ਼ ਦੇਖ ਲੋ ਕਿੰਨਾ ਪਿਆ ਰਸ਼ ਪਿਆ ਰਸ਼ ਸੇਲਾਂ ਲੱਗੀਆਂ ਆ ਇਹ ਆਪਣਾ ਉਹ ਕੀ ਕਹਿੰਦੇ ਬਲੈਕ ਫਰਾਈਡੇ
ਤੇ ਕ੍ਰਿਸਮਸ ਸੇਲਾਂ ਲੱਗੀਆਂ ਤੇ ਰਸ਼ ਤੁਸੀਂ ਦੇਖ ਸਕਦੇ ਰਸ਼ ਡੈਡੀ ਜੀ ਦਾ ਰਾਜ ਹੁੰਦਾ ਡੈਡੀ ਜੀ ਦਾ ਰਾਜ ਹੁੰਦਾ ਆ ਡੈਕੋਰੇਸ਼ਨ ਹੋਣੀ ਕੀਤੀ ਹੋਗਾ ਇਹ ਰੀਅਲ ਆਰ ਯੂ ਸੀਰੀਅਸ ਸੋਹਣੀ ਆ ਡੈਕੋਰੇਸ਼ਨ ਕ੍ਰਿਸਮਸ ਡੈਕੋਰੇਸ਼ਨ ਕੀਤੀ ਹੋਈ ਆ ਸਾਰੀ ਇਹ ਆਪਾਂ ਕਿੱਥੇ ਜਾਣਾ ਵਾ ਉੱਪਰ ਮੈਨੂੰ ਲੱਗਦਾ ਹੀ ਆ ਗਲਤ ਆ ਗਿਆ ਆਪਾਂ ਡਾਇਰੈਕਸ਼ਨ ਲਾਓ ਗੁਬਾਚ ਜਾਣਾ ਆ ਆਪਾਂ ਇੱਦਾਂ ਮੈਂ ਸਫੋਰਾ ਚੈੱਕ ਕਰਾਂ ਤੁਹਾਨੂੰ ਸਕੁਈਜ਼ ਇਨ ਕਰਨਾ ਪੈਣਾ ਟਾਈਮ ਤੇ ਆਪਾਂ 15 ਮਿੰਟ ਲੇਟ ਆ ਬਸ ਚਲੋ ਜਲਦੀ ਮਿੰਟ ਮਾਰ ਲਾ ਛੇਤੀ ਕਰ ਲਾ ਕਿਉਂਕਿ ਆਪਾਂ ਜਾਣਾ ਲੇਟ ਮੈਂ ਹੋਰ ਵੀ ਕੰਮ ਜਾਣਾ ਸਨੈਪਚੈਟ ਪਾ ਦੀਏ ਸੋਹਣਾ ਵਿਊ ਟੌਰ ਹੀ ਵੱਖਰੀ ਆ ਟੌਰ ਹੀ ਵੱਖਰੀ ਆ ਇੱਧਰ ਦੀ ਆਇਆ ਇੱਧਰ ਦੀ ਵਾਪਸੀ ਤਾਂ ਹੀ ਕਹਿੰਦੇ ਟਾਈਮ ਟੂ ਟਾਈਮ ਲੈ ਆਇਆ ਕਰੋ ਬੰਦਾ ਚੇਤਾ ਰਹਿੰਦਾ ਆ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਮੈਨੂੰ ਫੜਾ ਦੋ ਮੈਂ ਤੁਹਾਨੂੰ ਗਿਫਟ ਕਰ ਦੂੰਗੀ ਅੱਛਾ ਅਨਬੋਕਸਿੰਗ ਇਹਨੂੰ ਲਾ ਕੇ ਜਾਣਾ ਪ੍ਰਭਾਵ ਜੇ ਪਾਵਾਂਗੇ ਜਾ ਕੇ ਕਹਿੰਦੇ ਹੁਣ ਕਾਫੀ ਬ੍ਰੇਕ ਹੋਣ ਲਈ ਆ ਕਾਫੀ ਬ੍ਰੇਕ ਐਵੇਂ ਜਾਣ ਜਾਣ ਕਰੀ ਜਾਊਂਗਾ ਉਹ ਟਾਈਮ ਬਹੁਤ ਹੋ ਗਿਆ ਟਾਈਮ ਬਹੁਤ ਹੋ ਗਿਆ ਦੇ ਫਾਈਨਲੀ ਕਾਫੀ ਆਫਟਰ ਸੋ ਲੌਂਗ ਸਾਲ ਹੋ ਗਿਆ ਮਿਲਾ ਦਾ ਅਵੋਇਡ ਕੀਤੀ ਹੋਈ ਸੀ ਮਨਾ ਕੀਤੀ ਕਾਫੀ ਅੱਜ ਵੀ ਨਹੀਂ ਆਈ ਕਾਫੀ ਨਹੀਂ ਹੈਗੀ ਫ੍ਰੈਂਚ ਵਨੀਲਾ ਸਟਿਲ ਨਾਟ ਅ ਕਾਫੀ ਕਾਈਂਡ ਆਫ ਫ੍ਰੈਂਚ ਵਨੀਲਾ ਕਾਫੀ ਫ੍ਰੈਂਚ ਵਨੀਲਾ ਤਾਂ 1.5 ਸਾਲ ਹੋ ਗਿਆ ਮਿਲਾ ਦਾ ਮੈਂ ਵੀ ਬਹੁਤ ਚਿਰ ਬਾਅਦ ਕੀਤੀ ਖੁਸ਼ਬੂ ਮੈਨੂੰ ਵਧੀਆ ਲੱਗਦੀ ਹੈ ਕਹਿ ਸਕਦੇ ਖੁਸ਼ਬੂ ਸਵਾਦ ਲੱਗਦੀ ਖੁਸ਼ਬੂ ਸਵਾਦ ਲੱਗਦੀ ਵਾਹ ਮੈਨੂੰ ਕਾਫੀ ਪਸੰਦ ਆ ਉਦਾਂ ਬਟ ਜਦੋਂ ਪ੍ਰੈਗਨੈਂਸੀ ਟਾਈਮ ਅਵੋਇਡ ਕੀਤੀ ਹੋਈ ਸੀ ਤਾਂ ਮੈਂ ਇੱਦਾਂ ਸੁੰਘਦੀ ਸੀ ਇੱਦਾਂ ਆਪਾਂ ਡਾਈਟ ਵੀ ਕਰ ਸਕਦੇ ਹਾਂ ਚੀਜ਼ ਦਾ ਸਵਾਦ ਵੀ ਲੈ ਸਕਦੇ ਹਾਂ ਪੀ ਕੇ ਦੇਖਾਂਗੇ